ਸੈਕਵਾਰੀ ਤਾੜੀਆਂ ਸਾਡੇ ਮੂਵੀ ਵਾਲੇ ਵੀਰਾਂ ਲਈ ਵੀ ਮਾਰ ਦਿਓ ਜੀ, ਕਿਉਂਕਿ ਹਰ ਇੱਕ ਵਿਆਹ ਦੇ ਵਿੱਚ ਹਰ ਇੱਕ ਫੰਕਸ਼ਨ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਹੈ। ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕਰਕੇ ਇੱਕ ਯਾਦਗਾਰੀ ਤਸਵੀਰ ਬਣਾਉਂਦੇ ਨੇ। ਵੈਸੇ ਜ਼ਿੰਦਗੀ ਮਾਂ ਦੇ ਪੁੱਤਾਂ ਦੀ ਇਹਨਾਂ ਦੀ ਵੀ ਸਾਡੇ ਨਾਲੋਂ ਕਲਾਕਾਰਾਂ ਨਾਲੋਂ ਘੱਟ ਨਹੀਂ। ਸਵੇਰ ਦੇ ਫੰਕਸ਼ਨਾਂ ਦੀ ਗੱਲ ਦੱਸਣ ਜਾ ਰਹੀ ਹਾਂ ਜੀ। ਬਰਾਤ ਨਾ ਚਾਹੇ ਸਵੇਰੇ 10 ਵਜੇ ਤੁਰਨੀ ਹੋਵੇ, ਇਹਨਾਂ ਨੂੰ ਮਾਂ ਦੇ ਪੁੱਤਾਂ ਨੂੰ ਸਵੇਰੇ 5 ਵਜੇ ਵਕਤ ਪੈ ਜਾਂਦਾ। ਇਹ ਵੀ ਨਾ ਫਿਰ ਅੱਗੋਂ ਕਿਚੀਆਂ ਜਿਹੀਆਂ ਪੱਟੀ ਖੜੇ ਹੁੰਦੇ ਆ ਵੀ ਭਾਈ ਭਲਾ ਜੇ ਬਰਾਤ ਹੀ 10 ਵਜੇ ਤੁਰਨੀ ਸੀ, 7-5 ਵਜੇ ਕੀ ਕਰਾਉਣਾ ਸੀ? ਕਿ ਇਹ ਵੀ ਸਾਡੇ ਵਾਂਗੂ ਕੁਛ ਨਹੀਂ ਸਕਦੇ? ਇਹ ਵੀ ਨਾ ਫਿਰ ਅੱਗੋਂ ਗਿਣ ਗਿਣ ਕੇ ਬਦਲੇ ਲੈਂਦੇ ਆ। ਜੋੜੀ ਨਾ ਚਾਹੇ ਫੇਰੇ ਕਰਾ ਕੇ 12 ਵਜੇ ਪੈਲਸ ਸੈਂਟਰ ਹੋ ਜਾਵੇ, ਇਹ ਮਾਂ ਦੇ ਪੁੱਤ 4 ਵਜੇ ਤੱਕ ਨਹੀਂ ਛੱਡਦੇ ਜੋੜੀ ਨੂੰ। ਸੋ ਦੋ ਲੈਣਾ ਇਹਨਾਂ ਲਈ ਵੀ ਜੀ, ਬਾਹਰੇ ਜਾਈਏ ਡਿਜੀਟਲ ਸਟੂਡੀਓ ਦੇ ਯਾਦਗਾਰੀ ਨੇ ਪਲ ਬਣਾ ਦਿੰਦੇ, ਕੈਮਰੇ ਨਾਲ ਜਾਦੂ ਕਰਨ ਸਾ ਸਰੋ ਹੱਥਾਂ ਦੇ ਉੱਤੇ ਨੇ ਜਮਾ ਦਿੰਦੇ। ਜਿਹਨੂੰ ਰੱਬ ਨਾ ਬਣਾਵੇ ਇਹ ਬਣਾਉਣ ਸੋਹਣਾ, ਸੋਚਾਂ ਵਿੱਚ ਨੇ ਰੱਬ ਨੂੰ ਪਾ ਦਿੰਦੇ। 5 ਮਿੰਟਾਂ 'ਚ ਫੋਟੋ ਤਿਆਰ ਕਰਕੇ ਬਿੱਲ ਵੀ ਨਾਲ ਦੀ ਨਾਲ ਫੜਾ ਦਿੰਦੇ। ਜਿੰਨਾ ਮਰਜ਼ੀ ਇਹਨਾਂ ਨੂੰ ਕਹੀ ਜਾਓ 20-30 ਫੋਟੋਆਂ ਫਿਰ ਧੱਕੇ ਨਾ ਵਧਾ ਦਿੰਦੇ। ਰਵੀ ਮਲਹੋਤਰਾ ਜਿਹੜਾ ਇਹਨਾਂ ਦੇ ਪੈਸੇ ਰੱਖੇ ਫਿਰ ਫੋਟੋਆਂ ਪੁੱਠੀਆਂ ਕਰਕੇ ਲਾ ਦਿੰਦੇ, ਫੋਟੋਆਂ ਪੁੱਠੀਆਂ ਕਰਕੇ ਲਾ ਦਿੰਦੇ। ਸੋ ਜਿਹਨਾਂ ਜਿਹਨਾਂ ਨੂੰ